ਤੁਹਾਡੇ ਸ਼ੁਰੂ ਦੇ ਬਹੁਤ ਸਾਰੇ ਗੀਤ ਵੀ ਇਦਾਂ ਦੇ ਨੇ ਨਾ, ਧਰਮ ਨਾਲ ਸੰਬੰਧਿਤ ਜਾਂ ਸਿਆਣਪ ਨਾਲ ਸੰਬੰਧਿਤ, ਪਰ ਵਿੱਚੋਂ ਵਿੱਚੋਂ ਆ ਝਾਂਜਰਾਂ ਕਢਾਉਣ ਵਾਲੇ ਇਦਾਂ ਦੇ ਗੀਤ ਕਿਵੇਂ ਨਿਕਲੇ? ਵੇਖੋ, ਉਮਰ ਦੇ ਹਿਸਾਬ ਨਾਲ ਜਿਹੜੀ ਜਿਹੜੀ ਚੀਜ਼ ਮੇਰੇ ਖਿਆਲ ਨਾਲ ਬੰਦੇ ਨੂੰ ਮਾਨਣੀ ਚਾਹੀਦੀ ਹੈ, ਉਹ ਮਾਣ ਵੀ ਲੈਣੀ ਚਾਹੀਦੀ ਹੈ, ਕਿਉਂਕਿ ਉਮਰ ਲੰਘੇ ਤੋਂ ਮੁੜ ਕੇ ਪਛਤਾਉਣ ਦਾ ਤਾਂ ਕੋਈ ਫਾਇਦਾ ਨਹੀਂ। ਉਹ ਗੀਤ ਸੁਣਾ ਨਾ ਲਈਏ, ਥੋੜ੍ਹਾ ਜਿਹਾ ਸੁਣਾ ਦੇ ਹੋਰ। कुछ धुप्पा रखिया ने, कुछ छावा रखिया ने, तेरे नाल बिताने लई बाकी सावा रखिया ने, नी तेरे पैरी पौना है, नी तेरे पैरी पौना है, साढ़े घर विच बह के मैं एक जोड़ा झांजरा दा रखिया लैके मैं, एक जोड़ा झांजरा दा रखिया लैके मैं, चादर मां दी हथ कड़ी मंजी ते विछोण लई नी, कुछ दीवे सांभे ने दिवाली ते जगाउण लई, तन सुच्चा रखिया किसे सबर च रह के मैं, एक जोड़ा झांजरां दा रखिया लैके मैं। थैंक यू। वैसे कहने में क्या मुंडे, इहदे च वड्डा क्रेडिट मेरे नानके नूं जांदा, क्योंकि नाना जी नूं थोड़ा शौक सीगा गाउण दा। आम तौर ते मैनूं याद आ गया, जे कोई मुंडा ना लोला जिहा होवे, कुड़ियां वर्गा हो, तो उहदा प्यो इही कहिंदा हुंदा, इह सौरा नानकियां ते चल गया, पर तुसीं नानकियां ते जा के चंगे रहे। मेरे नाना जी ना मैनूं बचपन च इक गल सुणाउंदे हुंदे सी, कहिंदे जदों मैं जंज लै के गया सीगा ते नानी तेरी नूं पता सी वी मैं गा लैंदा, तां इहनां ने कहिंदे वी उत्थे मैनूं गाउण लई कहा, ते मैं गाउंदा सीगा, ते इहनां दी भैण कोई बनेरे तों कन्न ला के सुणांदी सी, क्योंकि उहनां दिनां च बंदे थल्ले हुंदे सी ਅਤੇ ਬੀਬੀਆਂ ਨੂੰ ਬਨੇਰੇ 'ਤੇ ਚਾੜ੍ਹ ਦਿੰਦੇ ਸੀ, ਉਹ ਚੁਬਾਰੇ ਤੋਂ ਦੇਖਦੀਆਂ ਸੀ ਵੀ ਥੱਲੇ ਕੀ ਹੁੰਦਾ। ਕਹਿੰਦੇ ਉਹ ਇੰਨੀ ਬਰੀਕੀ ਨਾਲ ਸੁਣਦੀ ਅਤੇ ਬਨੇਰੇ ਤੋਂ ਭੁੰਜੇ ਆ ਕੇ ਡਿੱਗ ਪਈ, ਅਤੇ ਕਹਿੰਦੇ ਮੈਂ ਤਾਂ ਜਦੋਂ ਗਾਉਂਦਾ ਹੁੰਦਾ ਸੀ ਕੁੜੀਆਂ ਬਨੇਰੇ ਤੋਂ ਖਿੱਚ ਲੈਂਦਾ ਹੁੰਦਾ ਸੀਗਾ। ਤਾਂ ਉਹ ਚੀਜ਼ ਕਿਤੇ ਨਾ ਕਿਤੇ ਅੰਦਰ ਬੈਠ ਗਈ ਮੇਰੇ, ਵੀ ਮੈਂ ਵੀ ਇਹ ਤਾਂ ਨਹੀਂ ਵੀ ਸੁੱਟਣੀਆਂ ਨੇ, ਸੱਟ ਫੇਟ ਦਾ ਮੈਂ ਮਤਲਬ ਉਹ 'ਚ ਹਾਮੀ ਨਹੀਂ ਭਰਦਾ, ਪਰ ਗਾਉਣ ਦਾ ਸ਼ੌਂਕ ਜਿਹੜਾ ਸੀ ਯਾਨੀ ਕਿ ਉਹ ਮੇਰੇ ਮਨ 'ਚ ਸੀਗਾ। ਔਰ ਫਿਰ ਪਹਿਲੀ ਪਰਫੋਰਮੈਂਸ ਵੀ ਜਦੋਂ ਸੀਗੀ, ਉਹ ਵੀ ਮੇਰੇ ਨਾਨਕਿਆਂ ਨੇ ਤਿਆਰ ਕਰਕੇ ਸਕੂਲੇ ਭੇਜਿਆ, ਤਕਰੀਬਨ 5 ਸਾਲ ਦਾ ਸੀਗਾ ਮੈਂ, ਤਾਂ ਉਦੋਂ ਮੈਂ ਗਾਇਆ ਸੀਗਾ, ਬਸ ਉਸ ਦਿਨ ਤੋਂ ਬਾਅਦ ਤੁਰੇ ਰਹੀ ਹੈ ਜੀ। ਹਾਂ, ਵੈਸੇ ਇਹ ਸੱਟ ਫੇਟ ਫਿਜ਼ੀਕਲ ਸੱਟ ਫੇਟ ਤਾਂ ਨਹੀਂ, ਵੈਸੇ ਦੂਜੀਆਂ ਸੱਟਾਂ ਤਾਂ ਤੁਸੀਂ ਬਹੁਤ ਮਾਰਦੇ ਹੋ। ਜੇ ਵੀਰ ਸਿੰਘ ਗਾਇਕ ਨਾ ਹੁੰਦਾ ਜੀ, ਵੀਰ ਸਿੰਘ ਕਵੀ ਨਾ ਹੁੰਦਾ ਜੀ, ਤਾਂ ਕੀ ਲੱਗਦਾ ਕਿ ਕੀ ਹੁੰਦਾ? ਨਹੀਂ, ਗਾਉਂਦੇ ਤਾਂ ਮੈਂ ਫਿਰ ਵੀ ਹੋਣਾ ਸੀ, ਵੱਖਰੀ ਗੱਲ ਹੈ ਕਿ ਸ਼ਾਇਦ ਉਹ ਪ੍ਰੋਫੈਸ਼ਨ ਨਾ ਹੁੰਦਾ। ਜੇ ਮੈਂ ਪ੍ਰੋਫੈਸ਼ਨ ਕੋਈ ਹੋਰ ਅਡੋਪਟ ਕਰਨਾ ਹੁੰਦਾ, ਸ਼ਾਇਦ ਖੇਤੀਬਾੜੀ ਹੁੰਦੀ, ਕਿਉਂਕਿ ਮੈਨੂੰ ਪਹਿਲਾਂ ਜ਼ਿਮੀਦਾਰ ਪਰਿਵਾਰ ਹੋਣ ਕਰਕੇ ਨਿੱਕੇ ਹੁੰਦਿਆਂ ਤੋਂ ਸ਼ੌਂਕ ਸੀ, ਕਿ ਘਰ ਦੇ ਸਾਨੂੰ ਡੱਕਦੇ ਹੁੰਦੇ ਸੀ ਕਿ ਤੁਸੀਂ ਪੜ੍ਹੋ 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 ਪੜ੍ਹੋ, ਅਤੇ ਜਦੋਂ ਕਦੀ ਪੈਲੀਆਂ ਵੱਲ ਨੂੰ ਮੂੰਹ ਕਰਨਾ ਉਹਨਾਂ ਨੂੰ ਹੁੰਦਾ ਸੀ ਵੀ ਇਹਨਾਂ ਨੇ ਫਿਰ ਕੇ ਆਉਣਾ, ਇਹਨਾਂ ਕਰਨਾ ਕੁਛ ਨਹੀਂ ਉੱਥੇ ਵੀ, ਤਾਂ ਉਹ ਮਨ ਦੇ ਵਿੱਚ ਸੀਗਾ ਕਿ ਨਹੀਂ ਕੁਛ ਕਰਨਾ ਚਾਹੁੰਦੇ ਹਾਂ ਹੱਥੀਂ, ਅਜੇ ਵੀ, ਕਿਉਂਕਿ ਹੁਣ ਸਮਾਂ ਵੀ ਉੱਦਾਂ ਦਾ ਹੈ ਕਿ ਘਰ 'ਚ ਇੰਨਾ ਟਿਕ ਨਹੀਂ ਪਾਉਂਦਾ ਮੈਂ, ਪਰ ਫਿਰ ਵੀ ਜੀ ਕਰਦਾ, ਘਰ ਦੇ ਵਿੱਚ ਵੀ ਮੈਂ ਬੂਟੇ ਲਾ ਲਾ ਕੇ ਉਹਨਾਂ ਦੇ ਉੱਤੇ ਆਪਣੇ ਰੀਝਾਂ ਪੂਰੀਆਂ ਕਰਦਾ ਰਹਿੰਦਾ। ਦਸਵਾਂ ਜੰਮਿਆ ਕਿਹੜੀ ਰੁੱਤ ਨੀ, ਲੱਖਾਂ ਵਿੱਚੋਂ ਇੱਕ ਤੇਰਾ ਸੋਹਣਾ ਪੁੱਤ ਨੀ, ਸੋਹਣੇ ਨਾਲ ਸੋਹਣੀ ਚੰਗੀ ਲੱਗਦੀ ਤੁਰਦੀ ਖਹਿ ਕੇ, ਨਿਮਾਏ ਤੇਰੀ ਨੂੰ ਲੱਭਣੀ, ਹੋ ਬੇਬੇ ਤੇਰੀ ਨੂੰ ਲੱਭਣੀ, ਨੂੰ ਲੱਭਣੀ ਐ ਦੀਵੇ ਲੈ ਕੇ, ਮਾਏ ਤੇਰੀ ਨੂੰ ਲੱਭਣੀ, ਹੋ ਬੇਬੇ ਤੇਰੀ ਨੂੰ ਲੱਭਣੀ, ਨੂੰ ਲੱਭਣੀ ਐ ਦੀਵੇ ਲੈ ਕੇ। ਤੁਹਾਡੀ ਜਿਹੜੀ ਬੇਬੇ ਦੀ ਨੂੰਹ ਆਏ ਹੋਏ ਇੱਥੇ ਹੈਗੇ? ਹਾਂਜੀ, ਤੁਹਾਡੀ ਬੇਬੇ ਦੀ ਨੂੰਹ ਨੇ ਜਿਹੜੇ ਉਹ ਆਏ ਹੋਏ ਨੇ ਇੱਥੇ? ਨਹੀਂ, ਉਹ ਨਹੀਂ ਆਏ ਹੋਏ ਅੱਜ, ਉਹ ਘਰ ਸਾਹਮਣੇ ਨੇ ਜੀ। ਅੱਛਾ, ਮੈਂ ਤੁਹਾਨੂੰ ਲੱਗਦਾ ਵੀ ਤੁਸੀਂ ਸਾਡੇ ਤੋਂ ਕੋਈ ਇਹੋ ਜਿਹੀ ਗੱਲ ਹੋ ਜਾਣੀ ਰਿਸਕ ਨਾ ਲਈਏ। ਵੀਰ ਸਿੰਘ, ਆਮ ਤੌਰ 'ਤੇ ਲੱਗਦਾ ਕਿ ਪੰਜਾਬੀ ਬੰਦੇ ਨੇ ਜਿਹੜੇ ਲੁੱਟ ਮਾਰ ਵਾਲੇ, ਕੁੱਟ ਕਟਾਪੇ ਵਾਲੇ, ਦਾਰੂ ਪੀਣ ਵਾਲੇ, ਬੜਕਾਂ ਮਾਰਨ ਵਾਲੇ ਗੀਤ ਵੱਧ ਪਸੰਦ ਕਰਦੇ, ਇਹ ਆਮ ਤੌਰ 'ਤੇ ਸਮਝਿਆ ਜਾਂਦਾ ਜੀ। ਇੱਦਾਂ ਦੇ ਪੰਜਾਬੀ ਮਾਹੌਲ 'ਚ ਵੀਰ ਸਿੰਘ ਦੀ ਜਗ੍ਹਾ ਕਿਵੇਂ ਬਣ ਗਈ, ਕੀ ਲੱਗਦਾ? ਨਹੀਂ, ਜਗ੍ਹਾ ਤਾਂ ਇਹਨਾਂ ਨੇ ਦਿੱਤੀ ਹੈ ਜੀ, ਮੈਂ ਤਾਂ ਬਣਾਈ ਨਹੀਂ, ਮੈਂ ਤਾਂ ਜੋ ਗਾਉਂਦਾ ਸੀਗਾ ਗਾ ਰਿਹਾ ਸੀਗਾ, ਬਸ ਇਹਨਾਂ ਨੇ। ਮਤਲਬ ਸੂਤ ਕਿਵੇਂ ਆ ਗਿਆ?
ਇਹ ਤਾਂ ਇਹਨਾਂ ਨੂੰ ਪੁੱਛਣਾ ਚਾਹੀਦਾ ਜੀ ਵੀ ਤੁਹਾਨੂੰ ਕੀ ਪਸੰਦ ਆ ਗਿਆ ਮੇਰੇ 'ਚ। ਆਪਾਂ ਫਿਰ ਇਹਨਾਂ ਨੂੰ ਪੁੱਛਦੇ ਹਾਂ ਜੀ, ਇਹਨਾਂ ਨੂੰ ਪੁੱਛ ਸਕਦੇ ਹਾਂ ਇਹਨਾਂ ਨੂੰ ਪੁੱਛਦੇ ਜੀ, ਇਹ ਤਾਂ ਇਹਨਾਂ ਦਾ ਪਿਆਰ ਹੈ। ਠੀਕ ਹੈ ਭਾਈ ਤੁਹਾਡੇ ਨੰਬਰ ਜਾਂਚ ਮੈਨੂੰ ਆ ਗਈ ਗਮ ਖਾਣ ਦੀ, ਜਾਂਚ ਮੈਨੂੰ ਆ ਗਈ ਗਮ ਖਾਣ ਦੀ, ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ, ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ, ਜਾਂਚ ਮੈਨੂੰ ਆਗ ਗਮ ਖਾਣ ਦੀ, ਗਮ ਖਾਣ ਦੀ। ਚੰਗਾ ਹੋਇਆ ਤੂੰ ਬੇਗਾਨੀ ਹੋ ਗਈ, ਚੰਗਾ ਹੋਇਆ ਤੂੰ ਬੇਗਾਨੀ ਹੋ ਗਈ, ਮੁੱਕ ਗਈ ਚਿੰਤਾ ਤੈਨੂੰ ਅਪਣਾਉਣ ਦੀ, ਜਾਂਚ ਮੈਨੂੰ ਆ ਗਈ ਗਮ ਖਾਣ ਦੀ, ਗਮ ਖਾਣ ਦੀ। ਉਸ ਤੋਂ ਬਾਅਦ ਰੂਮ ਕੰਕਲੂਡ ਕਰਾਂਗੇ ਜੀ। ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਆਖਾਂਗਾ, ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ, ਮੈਂ ਕਰ ਖੁਦਾ ਦੇ ਜਾ ਕੇ ਬਾਲੂ ਮੋਮਬੱਤੀਆਂ, ਤੇ ਮੈਂ ਸੂਰੇ ਕਰ ਜਾ ਕੇ ਰੋਜ਼ਾ ਖੁਲਾਂਗਾ, ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ, ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਂਗਾ, ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਂਗਾ, ਪਾਵਨ ਹੈ ਜਲ ਗੰਗਾ ਤੇ ਹਰ ਮੰਦਰ ਦਾ, ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ, ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ, ਇੱਕੇ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਂ ਲੜਦੀਆਂ ਨੇ, ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾ ਸਾ ਖੋਲਾਂਗਾ, ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾਂਗਾ। ਬਹੁਤ ਧੰਨਵਾਦ।